ਗੁਰਾਇਆਂ ਦੇ ਮੁਹੱਲਾ ਰਾਮਗੜੀਆ 'ਚ ਰੱਖੇ ਇੱਕ ਸਮਾਗਮ 'ਚ ਕਈ ਖੱਬੀ ਪੱਖੀ ਪਾਰਟੀਆਂ ਨੂੰ ਛੱਡ ਕੇ ਸੈਂਕੜੇ ਲੋਕ ਹਲਕਾ ਫਲੌਰ MLA ਬਲਦੇਵ ਸਿੰਘ ਖਹਿਰਾ ਦੀ ਅਗਵਾਈ 'ਚ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਨੇ। ਹਾਲਾਂਕਿ ਪ੍ਰਬੰਧਕਾਂ ਵੱਲੋਂ ਆਪਣੀ ਬਾਵਾ ਬਟੋਰਨ ਵਾਸਤੇ ਇਸ ਦੌਰਾਨ ਇਕੱਠ ਵੀ ਕੀਤਾ ਗਿਆ ਅਤੇ ਭਾਰੀ ਭੀੜ ਕਾਰਨ ਕਾਨੂੰਨੀ ਆਦੇਸ਼ਾਂ ਦੀਆਂ ਜੰਮ ਕੇ ਧੱਜੀਆਂ ਉੱਡਦੀਆਂ ਆਮ ਦੇਖੀਆਂ ਗਈਆਂ। ਜਿਸ 'ਚ ਸੋਸ਼ਲ ਡਿਸਟੈਂਸ ਨਾਂ ਦੇ ਬਰਾਬਰ ਹੋਣ ਕਰਕੇ ਦੇਖਣ ਨੂੰ ਲੱਗਦਾ ਸੀ ਕਿ ਕਰੋਨਾ ਵਰਗੀ ਕੋਈ ਭਿਆਨਕ ਬਿਮਾਰੀ ਦਾ ਕਿਸੇ ਨੂੰ ਕੋਈ ਖੌਫ ਹੀ ਨਾ ਹੋਵੇ। ਜਦਕਿ ਵਿਆਹ ਵਰਗੇ ਸਮਾਗਮ ਕਰਨ ਲਈ ਸਿਰਫ 30 ਲੋਕਾਂ ਦੀ ਭੀੜ ਇਕੱਠੀ ਕਰਨ ਦੀ ਇਜਾਜ਼ਤ ਮਿਲੀ ਹੈ, ਪਰ ਇਸ ਦੇ ਉਲਟ ਸਿਆਸੀ ਸਮਾਗਮਾਂ ਜਾਂ ਰੈਲੀਆਂ ਵਿੱਚ ਲੋਕ ਇਕੱਠੇ ਹੋ ਕੇ ਕਾਨੂੰਨ ਦੀਆਂ ਧੱਜੀਆਂ ਉਡਾ ਰਹੇ ਹਨ। ਪ੍ਰਸ਼ਾਸਨ ਵੀ ਚੁੱਪ ਸਾਧੀ ਬੈਠਾ ਹੈ। ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਪੁਲਿਸ ਥਾਂ ਥਾਂ ਨਾਕੇ ਲਾ ਕੇ ਮਾਸਕ ਨਾ ਪਾਉਣ ਵਾਲੇ ਲੋਕਾਂ ਦੇ ਚਲਾਨ ਕੱਟ ਕੇ ਸਰਜਾਰਿਤ ਸਰਕਾਰੀ ਖਜ਼ਾਨਾ ਭਰ ਰਹੀ ਹੈ, ਪਰ ਇਸ ਦੇ ਉਲਟ ਇੱਦਾਂ ਦੇ ਸਮਾਗਮਾਂ 'ਚ ਨਾ ਤਾਂ ਮਾਸਕਾਂ ਦੇ ਕੋਈ ਦੇਖਿਆ ਜਾਂਦਾ ਹੈ, ਕਿਸੇ ਨੇ ਪਾਇਆ ਹੈ ਕਿ ਨਹੀਂ, ਅਤੇ ਨਾ ਹੀ ਸੋਸ਼ਲ ਡਿਸਟੈਂਸ ਦਾ ਕੋਈ ਧਿਆਨ ਰੱਖਿਆ ਜਾਂਦਾ ਹੈ। ਦੇਖਦੇ ਹਾਂ ਕਿ ਪੁਲਿਸ ਪ੍ਰਸ਼ਾਸਨ ਅੱਗੇ ਇਸ ਤਰ੍ਹਾਂ ਦੇ ਸਮਾਗਮਾਂ 'ਚ ਜਾਂਦੀ ਹੈ ਅਤੇ ਭੀੜ ਨੂੰ ਕੱਟ ਦੇਖ ਕੇ ਹਰਕਤ ਵਿੱਚ ਆਉਂਦੀ ਹੈ ਜਾਂ ਨਹੀਂ। ਸਰਕਲ ਗੁਰਾਇਆ ਸ਼ਹਿਰੀ ਦੀ ਸਮੁੱਚੀ ਟੀਮ ਵੱਲੋਂ ਜਿਹੜਾ ਇਹ ਪ੍ਰੋਗਰਾਮ ਗਹੀਰ ਸਾਹਿਬ ਦੇ ਘਰ ਰੱਖਿਆ ਗਿਆ ਸੀ, ਉਹਦੇ ਵਿੱਚ ਜਿਹੜੇ ਨੌਜਵਾਨ ਨੇ ਉਹ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਸ਼ਾਮਿਲ ਹੋਏ ਨੇ, ਅਤੇ ਮੈਂ ਸਮਝਦਾ ਵੀ ਨੌਜਵਾਨਾਂ ਦੇ ਵਿੱਚ ਇੱਕੋ ਹੀ ਚੀਜ਼ ਦਾ ਰੋਹ ਹੈ ਵੀ 3 ਸਾਲ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਜੋ ਨੌਜਵਾਨਾਂ ਦੇ ਨਾਲ ਵਾਅਦਾ ਕੀਤਾ ਸੀ, ਉਹ 'ਚ ਚਾਹੇ ਘਰ ਘਰ ਨੌਕਰੀ ਦਾ ਸੀ, ਚਾਹੇ 2500 ਰੁਪਇਆ ਭੱਤੇ ਦਾ ਸੀ, ਅਤੇ ਚਾਹੇ ਉਦੋਂ ਬਾਅਦ ਸਮਾਰਟਫੋਨ ਦੇਣ ਦਾ ਸੀ, ਉਹ ਨਹੀਂ ਪੂਰਾ ਕੀਤਾ। ਜਿੱਥੇ ਬਾਕੀ ਸਾਰੇ ਵਰਗਾਂ ਨਾਲ, ਚਾਹੇ ਕਿਸਾਨ ਹੈ, ਚਾਹੇ ਹੋਰ ਸਾਰੇ ਕਮਿਊਨਿਟੀਜ਼ ਨੇ, ਸਾਰਿਆਂ ਦੇ ਨਾਲ ਵਾਅਦਾ ਕੀਤਾ ਸੀ, ਉੱਥੇ ਨੌਜਵਾਨਾਂ ਦੇ ਨਾਲ ਵੀ ਜਿਹੜਾ ਬਹੁਤ ਵੱਡਾ ਧੋਖਾ ਕੀਤਾ। ਅਤੇ ਇਹੀ ਕਾਰਨ ਹੈ ਵੀ ਅੱਜ ਪੰਜਾਬ ਦਾ ਜਿਹੜਾ ਯੂਥ ਹੈ ਉਹ ਇਸ ਗੱਲ ਤੋਂ ਜਿਹੜਾ ਬਹੁਤ ਪਰੇਸ਼ਾਨ ਹੈ ਵੀ 3 ਸਾਲ ਬੀਤਣ ਨੂੰ ਹੈ ਅਤੇ ਕੋਈ ਵੀ ਪੋਲਿਸੀ ਨਹੀਂ, ਕੋਈ ਨੌਕਰੀਆਂ ਦੀ ਗੱਲ ਨਹੀਂ, ਕੋਈ ਭੱਤੇ ਦੀ ਗੱਲ ਨਹੀਂ, ਕੋਈ ਸਮਾਰਟਫੋਨਾਂ ਦੀ ਗੱਲ ਨਹੀਂ ਹੈ। ਇਸੇ ਕਰਕੇ ਜਿਹੜੇ ਨੌਜਵਾਨ ਵੀਰ ਨੇ ਅੱਜ ਬਹੁਤ ਵੱਡੀ ਗਿਣਤੀ ਦੇ ਵਿੱਚ ਸ਼ਾਮਿਲ ਹੋ ਰਹੇ ਨੇ, ਉਹਦੇ ਨਾਲ ਦੀ ਨਾਲ ਹੋਰ ਬੜੇ ਪੰਜਾਬ ਦੇ ਵਿੱਚ ਮਸਲੇ ਨੇ ਜਿਹੜੇ ਜਦੋਂ ਸਰਕਾਰਾਂ ਬਣ ਜਾਣ ਉਹ ਹੱਲ ਕਰਾਉਣੇ ਹੁੰਦੇ ਆ। ਮੈਂ ਸਮਝਦਾ ਵੀ ਪਿਛਲੇ ਤਕਰੀਬਨ 3 ਸਾਲਾਂ ਤੋਂ ਸਿਰਫ ਅਤੇ ਸਿਰਫ SIT ਬਣਾਉਣ ਜਾਂ ਲੋਕਾਂ ਨੂੰ ਪਰੇਸ਼ਾਨ ਕਰਨ ਤੋਂ ਬਿਨਾਂ, ਜਾਂ ਕਿਸੇ ਨਾ ਤਾਂ ਕਿਸੇ ਦੇ ਪਰਚਾ ਕਰਾਉਣ ਜਾਂ ਪਰੇਸ਼ਾਨ ਪਬਲਿਕ ਨੂੰ ਕਰਨਾ, ਉਹ ਤੋਂ ਬਿਨਾਂ 3 ਸਾਲਾਂ ਦੇ ਵਿੱਚ ਕਾਂਗਰਸ ਦੀ ਕੋਈ ਕਾਰਗੁਜ਼ਾਰੀ ਨਹੀਂ ਹੈ। ਅਕਾਲੀ ਦਲ ਵੇਲੇ ਦਿੱਤੇ ਹੋਏ ਡਿਵੈਲਪਮੈਂਟ ਦੇ ਫੰਡ ਉਹ ਵੀ ਵਾਪਸ ਲੈ ਲਿਆ, ਡਿਵੈਲਪਮੈਂਟ 0 ਹੈ, ਹਰ ਵਰਗ ਦੁਖੀ ਹੈ। ਅੱਜ ਜੇ ਕੋਈ ਬਜ਼ੁਰਗ ਘਰੋਂ ਬਾਹਰ ਜਾਂਦਾ ਤਾਂ ਉਹਨੂੰ ਸ਼ਾਮ ਤੱਕ ਇਹ ਨਹੀਂ ਪਤਾ ਹੁੰਦਾ ਵੀ ਮੈਂ ਸਹੀ ਸਲਾਮਤ ਘਰ ਆਉਣਾ ਕਿ ਨਹੀਂ। ਜੇਕਰ ਕੋਈ ਘਰ ਦੀ ਇੱਜ਼ਤ ਧੀ ਸਾਡੀ ਜਾਂ ਕੋਈ ਭੈਣ ਘਰੋਂ ਬਾਹਰ ਜਾਂਦੀ ਹੈ ਤਾਂ ਉਹਨੂੰ ਇਹ ਨਹੀਂ ਪਤਾ ਹੁੰਦਾ ਵੀ ਮੇਰੇ ਗਲ ਦੇ ਵਿੱਚ ਚੇਨ ਜਾਂ ਮੇਰੇ ਕੰਨ ਦੇ ਵਿੱਚ ਜੇ ਕੁਛ ਪਾਇਆ ਤਾਂ ਰਹਿਣਾ ਸ਼ਾਮ ਤੱਕ ਜਾਂ ਨਹੀਂ ਰਹਿਣਾ। ਬੜੇ ਹਾਲਾਤ ਜਿਹੜੇ ਨੇ ਉਹ ਨਾਜ਼ੁਕ ਨੇ, ਥਾਂ ਥਾਂ ਗੋਲੀਆਂ ਚੱਲਣ ਲੱਗੀਆਂ ਹੋਈਆਂ, ਕੋਈ ਕਿਸੇ ਨੂੰ ਜਿਹੜਾ ਹੈਗਾ ਉਹ ਗੋਲੀਆਂ ਮਾਰ ਕੇ ਚਲੇ ਜਾਂਦਾ, ਕਿਸੇ ਦੀ ਚੈਨੀ ਲਾਹ ਲਈ ਜਾਂਦੀ ਹੈ, ਕਿਸੇ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿਹੜਾ ਹੈਗਾ ਜਾਨੀ ਨੁਕਸਾਨ ਪਹੁੰਚਾਇਆ ਜਾਂਦਾ। ਅਤੇ ਜਿਹੜੀ ਸਰਕਾਰ ਹੈ ਉਹ ਬਿਲਕੁਲ, ਮੁੱਖ ਮੰਤਰੀ ਸਾਹਿਬ ਆਪਣੇ ਫਾਰਮ ਹਾਊਸ 'ਤੇ ਸੁੱਤੇ ਪਏ ਆ, 120 ਬੰਦੇ ਜ਼ਹਿਰੀਲੀ ਸ਼ਰਾਬ ਨਾਲ ਮਰ ਜਾਂਦੇ, ਮੁੱਖ ਮੰਤਰੀ ਦੀ ਕੋਈ ਪ੍ਰਤੀਕਿਰਿਆ ਨਹੀਂ।
ਜੋੜਾ ਜਿਹੜਾ ਹੈਗਾ ਅਸੀਂ ਨਵਾਂ ਪ੍ਰੋਗਰਾਮ ਅਲੀਕ ਕੇ ਉਦਾਂ ਦੀ ਰੂਪਰੇਖਾ ਬਣਾਵਾਂਗੇ ਔਰ ਸੰਘਰਸ਼ ਵੀ ਕਰਾਂਗੇ ਜਿੰਨਾ ਚਿਰ ਜਿਹੜੀਆਂ ਸਮੱਸਿਆਵਾਂ ਦਾ ਹੱਲ ਨਾ ਹੋ ਸਕੇ। ਬਹੁਤ ਬਹੁਤ ਧੰਨਵਾਦ। ਪਹਿਲਾਂ ਤਾਂ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਮੈਂ ਗੋਬਿੰਦ ਸਾਹਿਬ ਪਾਰਟੀ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਇਆ। ਆਪਣੇ ਕਰੀਬ 100-150 ਸਾਥੀਆਂ ਦੇ ਨਾਲ ਆਪਣੇ ਸ਼ਾਮਿਲ ਹੋਇਆ ਵਾਂ। ਸਾਥੀ ਤਾਂ ਚਲੋ ਵੱਧ ਵੀ ਸੀਗੇ ਪਰ ਇੰਨੀ ਆਪਾਂ ਨੂੰ ਪਰਮਿਸ਼ਨ ਨਹੀਂ ਸੀ, ਫਿਰ ਵੀ ਆਪਾਂ 150 ਸਾਥੀਆਂ ਦੇ ਨਾਲ ਸ਼ਾਮਿਲ ਹੋਇਆ ਮੈਂ ਅੱਜ ਜੋ ਆਪਣੇ ਅਕਾਲੀ ਦਲ ਦੇ ਵਿੱਚ। ਅਤੇ ਆਪਾਂ ਪਹਿਲਾਂ ਆਪਣੇ ਮੇਰੇ ਕੁਛ ਸਾਥੀ ਕਾਂਗਰਸ ਦੇ ਵਿੱਚ ਵੀ ਸੀਗੇ, ਉਹ ਵੀ ਕਾਂਗਰਸ ਛੱਡ ਕੇ, PSP ਛੱਡ ਕੇ, ਕਈ ਪਾਰਟੀਆਂ ਛੱਡ ਕੇ ਮੇਰੇ ਨਾਲ ਅੱਜ ਅਕਾਲੀ ਦਲ ਦੇ ਵਿੱਚ ਸ਼ਾਮਿਲ ਹੋਏ ਆ। ਆਪਾਂ ਮਨੋ ਤਨੋ ਅਕਾਲੀ ਦਲ ਦੇ ਨਾਲ ਖੜ੍ਹੇ ਹਾਂ, ਸੇਵਾ ਕਰਾਂਗੇ। ਜਿਹੜੀ ਲੋਕਲ ਸਾਹਿਬ ਛੱਡ ਕੇ ਅਕਾਲੀ ਦਲ 'ਚ ਸ਼ਾਮਿਲ ਹੋਣ ਦਾ ਮਕਸਦ ਕੀ ਹੈ? ਭਾਅ ਜੀ ਲੋਕਲ ਸਾਹਿਬ ਪਾਰਟੀ 'ਚ ਪਤਾ ਕਿੱਦਾਂ, ਆਪਣਾ ਇੱਕ ਦਿਨ ਬਿਜਲੀ ਘਰ ਦੇ ਬਾਹਰ ਧਰਨਾ ਸੀਗਾ ਆਪਣਾ, ਅਤੇ ਸਾਨੂੰ 8 ਜਣਿਆਂ ਨੂੰ SHO ਸਾਹਿਬ ਨੇ ਗਰਿਆਂ ਨੇ ਚੱਕਿਆ, ਰਾਤ ਨੂੰ 188 ਦਾ ਪਰਚਾ ਕੱਢਿਆ ਅਤੇ ਸਾਨੂੰ ਹਵਾਲਾ 'ਚ ਬੰਦ ਕੀਤਾ। ਭਾਅ ਜੀ ਹਵਾਲਾ 'ਚ ਬੰਦ ਕਰਨ ਦਾ ਕੋਈ ਮਤਲਬ ਨਹੀਂ ਸੀਗਾ, ਹੈ ਨਾ, ਚਲੋ ਪਰਚਾ ਕੱਢਿਆ ਠੀਕ ਹੈ ਨਾ। ਉਦੋਂ ਬਾਅਦ ਇਹਨਾਂ ਨੇ ਸਾਨੂੰ ਸਾਡੇ ਨਾਲ ਕੁੱਟਮਾਰ ਵੀ ਕੀਤੀ ਉਸ ਦਿਨ, ਅਤੇ ਸਾਡੀ ਮਹਾਰਾਜ ਬੈਂਸ ਸਾਹਿਬ ਇੱਥੇ ਭਾਅ ਜੀ ਨਹੀਂ ਆਏ, ਉਹਨਾਂ ਦਾ ਫਰਜ਼ ਸੀ ਕਿ ਪਾਰਟੀ ਦੇ 8 ਬੰਦੇ ਚੱਕੇ ਅਤੇ ਬੈਂਸ ਸਾਹਿਬ ਨੂੰ ਆਉਣਾ ਚਾਹੀਦਾ ਸੀ, ਅਤੇ ਉਹ ਨਹੀਂ ਆਏ। ਜੋ ਨਹੀਂ ਆਏ ਸਾਡੇ ਮਗਰ ਤਾਂ ਅਸੀਂ ਲੋਕਾਂ ਨੇ ਉਹਨਾਂ ਤੋਂ ਕੀ ਕੰਮ ਕਰਾਉਣੇ। ਅਗਲੇ ਦਿਨ ਖਹਿਰਾ ਸਾਹਿਬ ਨੂੰ ਮਿਲਿਆ, ਖਹਿਰਾ ਸਾਹਿਬ ਨੇ ਆਪਣਾ ਕੰਮ ਕਰਵਾਇਆ, ਠੀਕ ਹੈ। ਇਸ ਲਈ ਆਪਾਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਖਹਿਰਾ ਸਾਹਿਬ ਦੇ ਨਾਲ ਨਾਲ